ਸਤਿਸ਼ਕਾਲ ਮੈਂ ਹਮਰੀ ਤੁਰਦੀ ਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਅਸੀਂ ਇੱਕ ਨਵੇਂ ਵਿਸ਼ੇ ਦੇ ਉੱਪਰ ਗੱਲ ਕਰਦੇ ਹਾਂ, ਨਵੀਂ ਸਮੱਸਿਆ ਦੇ ਉੱਪਰ ਗੱਲ ਕਰਦੇ ਹਾਂ ਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਉਹ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਤੇ ਅੱਜ ਗੱਲ ਉਸ ਸਿਆਸਤ ਦੀ ਕਰਾਂਗੇ ਜਿਹੜੀ ਸਮੱਸਿਆ ਬਣ ਗਈ ਹੈ ਦਿੱਲੀ ਵਾਲਿਆਂ ਦੇ ਲਈ। ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਹੈ ਤਾਂ ਦਿੱਲੀ ਵਾਸਤੇ ਜਿਹੜੀ ਹੈ ਉਹ ਸਮੱਸਿਆ ਬਣ ਗਈ, ਕਿਉਂਕਿ ਪੰਜਾਬ ਦੇ ਵਿੱਚ ਕਨਵੈਨਸ਼ਨ ਹੋ ਰਹੀ ਹੈ ਬਠਿੰਡਾ ਦੇ ਵਿੱਚ ਅਤੇ ਇਹ ਕਨਵੈਨਸ਼ਨ ਦਿੱਲੀ ਦੇ ਵਿੱਚ ਬੈਠੀ ਹਾਈ ਕਮਾਨ ਦੇ ਲਈ ਟੈਂਸ਼ਨ ਹੋ ਗਈ ਹੈ। ਸਮਝ ਕੇ ਹੋਵੋਗੇ ਕਿ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਜਿਹਦਾ ਕਾਟੋ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਕਿ ਅੰਦਰੂਨੀ ਜੰਗ ਜਿਹੜੀ ਸੀਗੀ ਉਹ ਜਗਜਾਰ ਹੋ ਗਈ ਹੈ, ਬਾਹਰ ਆ ਗਈ ਹੈ ਅਤੇ ਹੁਣ ਹਾਲਾਤ ਇਹ ਬਣੇ ਹੋਏ ਨੇ ਕਿ ਪਾਰਟੀ ਦੋ ਪਾੜ ਹੋਣ ਦੀ ਕਗਾਰ 'ਤੇ ਪਹੁੰਚ ਗਈ ਹੈ, ਕਿਉਂਕਿ ਬਠਿੰਡਾ ਦੇ ਵਿੱਚ ਕਨਵੈਨਸ਼ਨ ਜਿਹੜੀ ਹੋਈ ਹੈ 6 ਵਿਧਾਇਕ ਸੁਖਪਾਲ ਖਹਿਰਾ ਦੇ ਨਾਲ ਜਿਹੜੇ ਉੱਥੇ ਖੜ੍ਹੇ ਰਹੇ ਆ ਉਹਨਾਂ ਨੇ ਇਹ ਸਾਬਿਤ ਕਰ ਦਿੱਤਾ ਇੱਥੇ ਪਹੁੰਚ ਕੇ ਕਿ ਹਾਈਕਮਾਨ ਦੇ ਜਿਹੜੇ ਹੁਕਮਾਂ ਨੂੰ ਉਹ ਨਹੀਂ ਮੰਨਦੇ ਜਿਹੜੇ ਐਂਟੀ ਪਾਰਟੀ ਕਿਹਾ ਸੀਗਾ, ਅਤੇ ਹਾਈਕਮਾਨ ਨੇ ਕਿਹਾ ਸੀ ਕਿ ਜਿਹੜੇ ਵਿਧਾਇਕ ਜਾਣਗੇ ਉਹਨਾਂ 'ਤੇ ਕਾਰਵਾਈ ਹੋਵੇਗੀ। ਤੀਜੇ ਬਦਲ ਦਾ ਐਲਾਨ ਕਰ ਦਿੱਤਾ ਉੱਥੇ ਸੁਖਪਾਲ ਖਹਿਰਾ ਨੇ ਅਤੇ ਇਹ ਰਵੱਈਆ ਦੇਖ ਕੇ ਹਾਈਕਮਾਨ ਵੀ ਜਿਹੜੀ ਨਰਮ ਪੈ ਗਈ ਅਤੇ ਹਾਈਕਮਾਨ ਨੇ ਵੀ ਕਹਿ ਦਿੱਤਾ ਕਿ ਜਿਹੜੇ ਵਿਧਾਇਕ ਹੈ ਉਹਨਾਂ 'ਤੇ ਕਾਰਵਾਈ ਨਹੀਂ ਹੋਵੇਗੀ। ਫਿਲਹਾਲ ਜਿਹੜੀ ਸਿਆਸਤ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਭਖੀ ਹੋਈ ਹੈ, ਆਮ ਆਦਮੀ ਪਾਰਟੀ ਦੇ ਲੋਕ ਕੀ ਕਹਿੰਦੇ ਨੇ, ਪੰਜਾਬ ਦੀ ਜਨਤਾ ਕੀ ਸੋਚਦੀ ਹੈ ਸਿਆਸਤ ਦੇ ਬਾਰੇ, ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਅਮਰਜੀਤ ਸਿੰਘ। ਅਮਰਜੀਤ ਸਿੰਘ ਜੀ, ਪੰਜਾਬ ਤੋਂ ਲੈ ਕੇ ਦਿੱਲੀ ਤੱਕ ਆਮ ਆਦਮੀ ਪਾਰਟੀ ਦੀ ਸਿਆਸਤ ਜਿਹੜੀ ਭਖੀ ਹੋਈ ਹੈ, ਉਹ ਪਾਰਟੀ ਜਿਹੜੀ ਇਹ ਕਹਿ ਕੇ ਆਈ ਸੀ ਕਿ ਆਮ ਲੋਕਾਂ ਦੀ ਪਾਰਟੀ ਹੈ, ਅੱਜ ਆਮ ਲੋਕਾਂ ਦੀ ਗੱਲ ਕਿਤੇ ਹੁੰਦੀ ਨਜ਼ਰ ਨਹੀਂ ਆ ਰਹੀ ਅਤੇ ਇਹ ਆਪਸ ਦੇ ਵਿੱਚ ਹੀ ਵੰਡੇ ਹੋਏ ਨਜ਼ਰ ਆ ਰਹੇ ਨੇ। ਬਿਲਕੁਲ ਬਿਲਕੁਲ, ਇਹ ਦਿੱਲੀ ਦੀ ਪਾਰਟੀ ਸੀਗੀ ਜਿਨ੍ਹਾਂ ਨੇ ਉੱਥੇ ਮੈਜੋਰਟੀ ਸੀਟਾਂ ਹਾਸਲ ਕੀਤੀਆਂ ਸੀਗੀਆਂ। ਇਹ ਇੰਨੇ ਲੈਵਲ ਦੀ ਸੀਗੀ ਕਿ ਵੀ ਜ਼ਿਆਦਾ ਆਲ ਓਵਰ ਇੰਡੀਆ ਤਾਂ ਨਹੀਂ ਸੀ ਹੋ ਸਕਦੀ, ਇਸ ਲਈ ਦਿੱਲੀ ਤੱਕ ਹੀ ਸੀਮਤ ਰਹਿੰਦੇ ਤਾਂ ਜ਼ਿਆਦਾ ਬੈਟਰ ਸੀਗਾ, ਕਿਉਂਕਿ ਇਹਦੇ ਨਾਲ ਦੂਜੇ ਪਾਰਟੀਜ਼ ਨੂੰ ਫਾਇਦਾ ਹੋਏਗਾ। ਪੰਜਾਬ ਦੇ ਵਿੱਚ ਜਦੋਂ ਇਹਨਾਂ ਨੇ ਆਪਣੀ ਕਿਸਮਤ ਅਜ਼ਮਾਉਣੀ ਚਾਹੀ ਤਾਂ ਪੰਜਾਬ ਦੇ ਵਿੱਚ ਵੀ ਚਲੋ ਪਹਿਲੀ ਵਾਰ ਦੇ ਵਿੱਚ ਹੀ ਮੁੱਖ ਵਿਰੋਧੀ ਧਿਰ ਬਣ ਕੇ ਨਿਤਰਾ, ਤਾਂ ਕੀ ਲੱਗਦਾ ਕਿ ਉਹ ਮੁੱਖ ਵਿਰੋਧੀ ਧਿਰ ਜਿਹੜੀ ਬਣਾਈ ਸੀ 3 ਵਾਰ ਹੁਣ ਤੱਕ ਇਹ ਆਪਣਾ ਵਿਰੋਧੀ ਧਿਰ ਦਾ ਨੇਤਾ ਬਦਲ ਚੁੱਕੇ ਨੇ, ਕਿ ਆਪਣੇ ਆਪ ਦੇ ਵਿੱਚ ਹੀ ਇਹ ਕਿੰਨੀ ਕੁ ਜ਼ਿਆਦਾ ਜਿਹੜੀ ਆ ਵੱਡੀ ਗੱਲ ਹੈ? ਨਹੀਂ, ਆਪਸ 'ਚ ਫੁੱਟ ਪੈ ਗਈ ਹੈ, ਇਹਨਾਂ ਦੇ ਇੱਥੇ ਕਾਮਯਾਬ ਹੋ ਨਹੀਂ ਸਕਦੇ ਪੰਜਾਬ ਦੇ ਵਿੱਚ, ਇਹਨਾਂ ਨੂੰ ਦਿੱਲੀ ਤੱਕ ਹੀ ਰਹਿਣਾ ਚਾਹੀਦਾ ਸੀ, ਬਾਕੀ ਇੱਥੇ ਪੈਰ ਨਹੀਂ ਜੰਮਣ ਵਾਲੇ ਇਹਨਾਂ ਦੇ। ਹੁਣ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਇਕੱਠੀ ਰਹੇਗੀ? ਨਹੀਂ ਹੋ ਸਕਦੀ, ਨਹੀਂ ਹੋ ਸਕਦੀ, ਵੈਰੀ ਡਿਫਿਕਲਟ। ਪੰਜਾਬ ਦੇ ਲੋਕਾਂ ਦੀ ਜ਼ਬਾਨੀ ਤੁਸੀਂ ਸੁਣ ਰਹੇ ਹੋ, ਲੋਕ ਹੀ ਹੁਣ ਜਿਹੜੇ ਉਹ ਕਹਿ ਰਹੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਫੁੱਟ ਪੈ ਗਈ ਹੈ ਅਤੇ ਇਕੱਠੇ ਹੋਣਾ ਜਿਹੜਾ ਝਾੜੂ ਦਾ ਉਹ ਮੁਸ਼ਕਿਲ ਲੱਗ ਰਿਹਾ। ਕੀ ਨਾਮ ਹੈ? ਸਤਨਾਮ ਸਿੰਘ। ਸਤਨਾਮ ਸਿੰਘ ਜੀ, ਕੀ ਲੱਗਦਾ ਕਿ ਝਾੜੂ ਦਾ ਤੀਲਾ ਤੀਲਾ ਜਿਹੜਾ ਖਿਲਰ ਰਿਹਾ ਹੈ ਉਹਨੂੰ ਇਕੱਠਾ ਕੋਈ ਕਰ ਪਾਵੇਗਾ? ਨਹੀਂ, ਇਹਨਾਂ ਦੇ ਵਿੱਚ ਅੰਤਰ ਵਿਰੋਧ ਹੀ ਬਹੁਤ ਆ, ਕਿਉਂਕਿ ਇਹਨਾਂ ਦੀ ਜਿਹੜੀ ਪਾਰਟੀ ਹੈ ਉਹਦਾ ਇੱਕੋ ਹੀ ਮੁੱਦਾ ਲੈ ਕੇ ਚੱਲੇ ਸੀ ਕਿ ਕਰਪਸ਼ਨ ਹਟਾਉਣੀ ਹੈ, ਕਰਪਸ਼ਨ ਦਾ ਵਿਰੋਧ ਕਰਨਾ। ਪਰ ਪੋਲੀਟੀਕਲ ਪਾਰਟੀਆਂ ਇਕੱਲੇ ਕਰਪਸ਼ਨ ਦੇ ਇਸ਼ੂ 'ਤੇ ਕੋਈ ਵੀ ਪ੍ਰਫੁੱਲਿਤ ਨਹੀਂ ਹੋ ਸਕਦੀਆਂ, ਇੱਕ ਲੋਕਾਂ ਦੀ ਜਿੰਨੀ ਆਵਾਜ਼ ਹੈ ਉਹਨੂੰ ਉਹ ਸਾਰੇ ਮੁੱਦੇ ਲੈਣੇ ਚਾਹੀਦੇ, ਇਕੱਲੀ ਕਰਪਸ਼ਨ ਹਟਾਉਣਾ ਸੰਭਵ ਨਹੀਂ ਹੈ ਇਸ ਤਰੀਕੇ ਦੇ ਨਾਲ। ਸੋ ਕਿਉਂਕਿ ਜਿਹੜਾ ਸੈਟਅਪ ਹੈ ਹਿੰਦੁਸਤਾਨ ਸਾਡੇ ਮੁਲਕ ਦਾ, ਕਰਪਸ਼ਨ ਹਟਾਉਣ ਦੀਆਂ ਗੱਲਾਂ ਅੱਜ ਨਹੀਂ ਹੋਈਆਂ, ਬਹੁਤ ਵਾਰੀ ਪਹਿਲੇ ਵੀ ਹੋਰ ਬਹੁਤ ਪੋਲੀਟੀਕਲ ਪਾਰਟੀਆਂ ਕਰਦੀਆਂ, ਪਰ ਕਾਮਯਾਬੀ ਕਿੰਨੀ ਮਿਲਦੀ ਹੈ ਉਹਦਾ ਕੋਈ ਪੈਮਾਨਾ ਅਜੇ ਤੱਕ ਸਾਹਮਣੇ ਨਹੀਂ ਆਇਆ। ਔਰ ਦੂਜੀ ਗੱਲ, ਇਹਨਾਂ ਦੇ ਵਿੱਚ ਜਿਹੜਾ ਕੋਈ ਲੋਕਾਂ ਦੀ ਆਵਾਜ਼ ਨੂੰ ਲੈ ਕੇ ਚੱਲਣਗੇ ਔਰ ਜਦ ਤੱਕ ਨੈਸ਼ਨਲ ਕਰੈਕਟਰ ਨਹੀਂ ਬਣੇਗਾ, ਫਿਰ ਲੋਕਲਾਈਜ਼ ਦੇ ਨਾਲੇ ਅੰਤਰ ਵਿਰੋਧ ਹੋਣ ਕਰਕੇ, ਕਿਉਂਕਿ ਇੱਧਰੋਂ ਉੱਧਰੋਂ ਜਿਹੜੇ ਜਿਸ ਵੇਲੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਅਤੇ ਕੋਈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕਿੰਨੇ ਲੋਕਾਂ ਦੇ ਲਈ ਕੰਮ ਕੀਤਾ ਹੋਇਆ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਅਤੇ ਉਹ ਚੁਣੇਗੇ, ਇੱਕ ਲੋਕਾਂ ਦੇ ਵਿੱਚ ਉਸ ਵੇਲੇ ਮਾਹੌਲ ਸੀ ਵੀ ਕੋਈ ਇਹੋ ਜਿਹੀ ਪਾਰਟੀ ਲਿਆਈਏ ਦੋਨਾਂ ਨੂੰ ਛੱਡ ਕੇ ਤਾਂ ਉਹਦੇ 'ਚ ਜਿੱਤ ਤਾਂ ਪ੍ਰਾਪਤ ਕਰ ਗਏ। ਪਰ ਇਹਨਾਂ ਦਾ ਜਿਹੜਾ ਆਪਸੀ ਅੰਤਰ ਵਿਰੋਧ ਹੈ, ਆਪਸੀ ਇਹਨਾਂ ਦੇ ਜਿਹੜੇ ਜਿਹਨੂੰ ਮੈਂ ਕਹਿ ਸਕਦਾ ਮਤਭੇਦ ਹੈ, ਉਹ ਵੱਧਦੇ ਹੀ ਜਾ ਰਿਹਾ, ਇਸ ਕਰਕੇ ਇਹਨੂੰ ਨੁਕਸਾਨ ਹੀ ਹੋਏਗਾ, ਇਹ ਸਰਵਾਈਵ ਨਹੀਂ ਕਰ ਸਕਦੇ। ਸਹੀ ਗੱਲ ਕਹੀ ਕਿ ਆਮ ਜਿਹੜੇ ਲੋਕ ਸੀਗੇ ਦੋ ਰਵਾਇਤੀ ਪਾਰਟੀਆਂ ਜਿਹੜੀਆਂ ਸੀਗੀਆਂ ਉਹਨਾਂ ਤੋਂ ਥੱਕ ਚੁੱਕੇ ਸੀ ਅਤੇ ਲੋਕ ਵੀ ਚਾਹੁੰਦੇ ਸੀ ਕਿ ਤੀਜੀ ਪਾਰਟੀ ਲੈ ਕੇ ਆਈ ਜਾਵੇ, ਅਤੇ ਲੋਕਾਂ ਨੇ ਆਪਣੇ ਵੱਲੋਂ ਪੂਰੀ ਇਮਾਨਦਾਰੀ ਦਿਖਾਈ ਅਤੇ ਮੌਕਾ ਦਿੱਤਾ, ਪਰ ਉਸ ਮੌਕੇ ਦੇ ਉੱਪਰ ਚੌਕਾ ਜਿਹੜੀ ਇਹ ਪਾਰਟੀ ਖੁਦ ਨਹੀਂ ਮਾਰ ਪਾਈ। ਬਿਲਕੁਲ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਔਰ ਇਹੀ ਕਾਰਨ ਹੈ ਕਿ ਇਹ ਪਤਨ ਵੱਲ ਜਾ ਰਹੇ ਹੈ। ਕੀ ਲੱਗਦਾ ਹੈ ਕਿ ਇੱਧਰ ਸੁਖਪਾਲ ਸਿੰਘ ਖਹਿਰਾ ਜਿਹੜਾ ਹੈ ਉਹ ਨਵਾਂ ਆਪਣੀ ਪਾਰਟੀ ਬਣਾਉਣ ਦੇ ਵਿੱਚ ਮੂਡ ਦੇ ਵਿੱਚ ਹੈ ਅਤੇ ਉੱਧਰ ਦਿੱਲੀ ਹਾਈਕਮਾਨ 12 ਵਿਧਾਇਕ ਉੱਧਰ ਨੇ, 7 ਵਿਧਾਇਕ ਉੱਧਰ ਨੇ, ਕੀ ਲੱਗਦਾ ਕਿ ਆਪਸ ਦੇ ਵਿੱਚ ਜਿਹੜੇ ਖਿੰਡੇ ਹੋਏ ਨੇ ਇਹ ਅੱਗੇ ਭਵਿੱਖ ਕੀ ਇਹਦਾ? ਭਵਿੱਖ ਧੁੰਦਲਾ ਹੀ ਲੱਗਦਾ ਹੈਗਾ, ਕਿਉਂਕਿ ਥਰਡ ਫਰੰਟ ਜਿਹੜਾ ਦੂਜੀਆਂ ਓਪੋਜੀਸ਼ਨ ਪਾਰਟੀ ਨੂੰ ਛੱਡ ਕੇ ਥਰਡ ਫਰੰਟ ਵੀ ਕੋਈ ਨਹੀਂ ਬਣ ਸਕਦਾ ਅਤੇ ਉਹਦੇ ਵਿੱਚ ਇਹਨਾਂ ਦਾ ਜਿਹੜਾ ਮੁੱਖ ਰੋਲ ਨਹੀਂ ਹੋ ਸਕਦਾ ਪੰਜਾਬ ਦੇ ਅੰਦਰ। ਇੱਕ ਪਾਸੇ ਤਾਂ 2019 ਨੂੰ ਲੈ ਕੇ ਬੀਜੇਪੀ ਦੇ ਖਿਲਾਫ ਸਾਰੀਆਂ ਪਾਰਟੀਆਂ ਨੂੰ ਇੱਕ ਮੰਚ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਅਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ, ਦਿੱਲੀ ਦੇ ਵਿੱਚ ਗੱਲ ਕੀਤੀ ਜਾਵੇ, ਆਮ ਆਦਮੀ ਪਾਰਟੀ ਆਪਸ 'ਚ ਹੀ ਨਹੀਂ ਇਕੱਠੀ ਹੋ ਪਾ ਰਹੀ ਅਤੇ ਉਹ ਬੀਜੇਪੀ ਦੇ ਖਿਲਾਫ ਜਿਹੜੀ ਹੈ ਉਹ ਕਿਸੇ ਹੋਰ ਦੇ
ਇਹਨਾਂ ਦੇ ਨਾਲ ਰਲ ਕੇ ਕੰਮ ਵੀ ਕੀਤਾ ਹੈਗਾ, ਲੇਕਿਨ ਇਹਨਾਂ ਦੀ ਆਪਸੀ ਫੁੱਟ ਔਰ ਇਹਨਾਂ ਦੇ ਵਿੱਚ ਵੀ ਕਰਪਟ ਬੰਦੇ ਆਏ, ਇਹਨਾਂ ਨੇ ਪਾਰਟੀ ਸਾਰੀ ਆਪਣੀ ਡੁਬੋ ਦਿੱਤੀ ਔਰ ਇਹ ਕਾਮਯਾਬ ਨਹੀਂ ਹੋ ਸਕਦੀ ਪਾਰਟੀ। ਔਰ ਇਹਨਾਂ ਨੂੰ ਲਿਮਿਟ, ਅਗਰ ਇਹਨਾਂ ਨੇ ਕਾਮਯਾਬੀ ਪ੍ਰਾਪਤ ਕਰਨੀ ਹੈ, ਇਹਨਾਂ ਨੂੰ ਲਿਮਿਟਿਡ ਸੀਮਿਤ ਇੱਕ ਦੋ ਇਲੈਕਸ਼ਨ ਦਿੱਲੀ ਤੱਕ ਹੀ ਰਹਿਣੇ ਚਾਹੀਦੇ ਨੇ, ਇਹ ਹੋਰ ਸਟੇਟਾਂ 'ਚ ਨਾ ਆਉਣ, ਤਦ ਤਾਂ ਹੋ ਸਕਦਾ ਕੁਛ ਇਹ ਕਾਮਯਾਬੀ ਪਾਉਣ, ਅਦਰਵਾਈਜ਼ ਇਹਨਾਂ ਦੀ ਕੋਈ ਸਟੈਂਡਿੰਗ ਨਹੀਂ ਹੈਗੀ। ਕਿ ਬਾਕੀ ਸਟੇਟ ਦੇ ਵਿੱਚ ਇਹਨਾਂ ਨੂੰ ਆਪਣਾ ਹੱਥ ਜਿਹੜਾ ਹੈ ਉਹ ਨਹੀਂ ਪਾਉਣਾ ਚਾਹੀਦਾ, ਅਤੇ ਬਿਲਕੁਲ ਇਹਨਾਂ ਨੇ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਜਿਹੜਾ ਹੈ ਉਹ ਅਜ਼ਮਾਉਣ ਦੀ ਕੋਸ਼ਿਸ਼ ਕੀਤੀ, ਗੋਆ ਦੇ ਵਿੱਚ ਵੀ ਕੀਤੀ, ਜਿੱਥੇ ਇਹਨਾਂ ਨੂੰ ਕੋਈ ਕਾਮਯਾਬੀ ਨਹੀਂ ਮਿਲੀ। ਪੰਜਾਬ ਵੀ ਇੱਕ ਅਜਿਹਾ ਸੂਬਾ ਸੀ ਜਿੱਥੇ ਲੋਕਾਂ ਨੇ ਵੱਧ ਚੜ੍ਹ ਕੇ ਇਹਨਾਂ ਨੂੰ ਜਿਹੜਾ ਵੋਟ ਦਿੱਤੀ, ਮੁੱਖ ਵਿਰੋਧੀ ਧਿਰ ਬਣਾਇਆ, ਪਰ ਹੁਣ ਕੀ ਲੱਗਦਾ ਹੈ ਕਿ ਇੱਕ ਪਾਸੇ ਮਨੀਸ਼ ਸਿਸੋਦੀਆ ਕਹਿ ਰਹੇ ਨੇ ਕਿ ਅਹੁਦਿਆਂ ਦੇ ਪਿੱਛੇ ਨਹੀਂ ਦੌੜਨਾ ਚਾਹੀਦਾ, ਕਿ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਉਹ ਵੀ ਅਹੁਦਿਆਂ ਪਿੱਛੇ ਦੌੜਨ ਲੱਗ ਗਏ? ਹਾਂਜੀ ਬਿਲਕੁਲ, ਉਹ ਵੀ ਆਮ ਆਦਮੀ ਪਾਰਟੀ ਦੇ ਵੀ ਜੋ ਆਪਣਾ ਤੁਸੀਂ ਦੇਖਿਆ ਹੋਏਗਾ ਦਿੱਲੀ ਦੇ ਵਿੱਚ ਕਈ ਵਿਧਾਇਕ ਜਿਹੜੇ ਉਹ ਬਾਗੀ ਹੋ ਗਏ ਨੇ, ਅਤੇ ਇਹ ਆਪਣੀ ਪੁਜੀਸ਼ਨ ਬਣਾਉਣ ਦੀ ਫਿਕਰ 'ਚ ਹੈਗੇ ਨੇ, ਅਤੇ ਲੇਕਿਨ ਇਹਨਾਂ ਦੀ ਕੋਈ ਉਹ ਜਨਤਾ ਜਿਹੜੀ ਅਸੀਂ ਸੋਚਿਆ ਸੀਗਾ ਕਿ ਵੀ ਇਹ ਜਨਤਾ ਦੇ ਬਾਰੇ ਕੁਛ ਨਾ ਕੁਛ ਸੋਚਣਗੇ, ਲੇਕਿਨ ਇਹਨਾਂ ਨੇ ਕੁਛ ਨਹੀਂ ਜਨਤਾ ਬਾਰੇ ਸੋਚਿਆ, ਆਪਣੇ ਬਾਰੇ ਹੀ ਸੋਚਿਆ ਔਰ ਆਪਣੀ ਪੁਜੀਸ਼ਨ ਦੇ ਬਾਰੇ ਹੀ ਸੋਚਿਆ ਹੈਗਾ। ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਵਿਧਾਇਕ ਜਿਹੜੇ ਸੀ, ਕਪਿਲ ਮਿਸ਼ਰਾ ਨੇ ਮੋਰਚਾ ਖੋਲ੍ਹ ਦਿੱਤਾ ਕੇਜਰੀਵਾਲ ਖਿਲਾਫ, ਹੁਣ ਸੁਖਪਾਲ ਖਹਿਰਾ ਨੇ ਮੋਰਚਾ ਖੋਲ੍ਹ ਦਿੱਤਾ, ਸੋ ਕੀ ਲੱਗਦਾ ਹੈ ਕਿ ਇੱਥੇ ਬਾਕੀ ਵਿਧਾਇਕ ਤਾਂ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਜਿਹੜੇ ਸੀ ਉਹੀ ਉਹਨਾਂ ਦੀ ਬਦੌਲਤ ਹੀ ਅਸੀਂ ਸਭ ਕੁਝ ਬਣਿਆ, ਅਤੇ ਅੱਜ ਉਹੀ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਫੁੱਟੀ ਅੱਖ ਨਹੀਂ ਪਾ ਰਿਹਾ? ਇਸ ਕਰਕੇ ਹੈਗਾ ਕਿ ਉਹ ਆਪਣਾ ਡਿਸਿਪਲਨ ਨਹੀਂ ਹੈਗਾ ਪਾਰਟੀ ਦੇ ਵਿੱਚ ਕੋਈ, ਅਗਰ ਡਿਸਿਪਲਨ ਹੁੰਦਾ ਤਾਂ ਉਹ ਆਪਣੇ ਹਾਈ ਕਮਾਂਡ ਦੀ ਗੱਲ ਮੰਨਦੇ, ਲੇਕਿਨ ਕੋਈ ਡਿਸਿਪਲਨ ਨਹੀਂ ਹੈਗਾ, ਇਸ ਕਰਕੇ ਪਾਰਟੀ ਫੁੱਟ ਪੈ ਰਹੀ ਹੈ, ਅਬ ਟੁੱਟ ਰਹੀ ਹੈ ਪਾਰਟੀ, ਔਰ ਇਹ ਟੁੱਟੇਗੀ, ਡੈਫੀਨੇਟਲੀ ਟੁੱਟੇਗੀ, ਕਈ ਨਹੀਂ ਰਹੇਗੀ ਇਹ ਪਾਰਟੀ, ਕੁਛ ਨਹੀਂ ਲੱਗ ਰਿਹਾ ਇਹਦਾ, ਕੁਛ ਨਹੀਂ ਹੈ ਜੀ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸਤ ਜਿਹੜੀ ਹੈ ਉਹ ਭਖੀ ਹੋਈ ਹੈ, ਬਠਿੰਡਾ ਦੇ ਵਿੱਚ ਕਨਵੈਨਸ਼ਨ ਹੁੰਦੀ ਹੈ ਅਤੇ ਟੈਂਸ਼ਨ ਜਿਹੜੀ ਉਹ ਦਿੱਲੀ ਵਾਲਿਆਂ ਨੂੰ ਹੋ ਜਾਂਦੀ ਹੈ, ਹਾਈਕਮਾਂਡ ਜਿਹੜੀ ਹੈ ਉਹ ਆਪਣੇ ਫੈਸਲੇ ਤੋਂ ਪਲਟ ਜਾਂਦੀ ਹੈ, ਇਹ ਕਿਹਾ ਜਾਂਦਾ ਸੀ ਕਿ ਜਿਹੜੇ ਵਿਧਾਇਕ ਉੱਥੇ ਪਹੁੰਚਣਗੇ ਉਹਨਾਂ ਨੂੰ ਐਂਟੀ ਪਾਰਟੀ ਕਰਾਰ ਦਿੱਤਾ ਜਾਵੇਗਾ, ਹੁਣ ਕਹਿ ਰਹੇ ਕਿ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇੱਧਰ ਸੁਖਪਾਲ ਖਹਿਰਾ ਜਿਹੜਾ ਹੈ ਉਹ ਤੀਜੇ ਬਦਲ ਦੀ ਗੱਲ ਕਰ ਰਹੇ ਨੇ, ਤੀਜੀ ਪਾਰਟੀ ਬਣਾਉਣ ਦੀ ਵੀ ਜਿਹੜੀ ਆ ਉਹ ਚੇਤਾਵਨੀ ਕਿਤੇ ਨਾ ਕਿਤੇ ਪਾਰਟੀ ਨੂੰ ਦੇ ਰਹੇ ਨੇ, ਸੋ ਇਹ ਸਭ ਦੇ ਵਿਚਾਲੇ ਲੋਕ ਕੀ ਸੋਚਦੇ ਨੇ ਕਿ ਆਮ ਆਦਮੀ ਪਾਰਟੀ ਦਾ ਭਵਿੱਖ ਜਿਹੜਾ ਹੈ ਉਹ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕੀ ਹੈ ਇਹਨਾਂ ਦੇ ਕੋਲੋਂ ਚਾਹੁੰਦੇ ਆ? ਸਤਿ ਸ਼੍ਰੀ ਅਕਾਲ ਜੀ। ਅਸੀਂ ਆਮ ਆਦਮੀ ਪਾਰਟੀ ਵਾਸ ਫਾਊਂਡੇਡ ਬੇਸਿਕਲੀ ਬਾਈ ਡਾਕਟਰ ਯੋਗਿੰਦਰ ਯਾਦਵ, ਦੀ ਪਰਪਸ ਵਾਸ ਟੂ ਬ੍ਰਿੰਗ ਅਬਾਊਟ ਸਰਟਨ ਐਥੀਕਲ ਚੇਂਜਿਸ ਇਨ ਦਾ ਪੋਲੀਟੀਕਲ ਸਿਸਟਮ ਆਫ ਦਾ ਕੰਟਰੀ, ਬਟ ਇਟ ਹੈਜ਼ ਟੈਰੀਬਲੀ ਫੇਲ, ਇਟ ਇਜ਼ ਮੋਰ ਇਨ ਟੂ ਵੋਟ ਪੋਲੀਟਿਕਸ ਦੈਨ ਪ੍ਰੋਡਿਊਸਿੰਗ ਸਰਟਨ ਐਥੀਕਲ ਪ੍ਰਿੰਸੀਪਲਸ ਇਨ ਦਾ ਪੋਲੀਟੀਕਲ ਸਿਸਟਮ ਆਫ ਦਾ ਕੰਟਰੀ। ਗੱਲ ਕਰੀਏ ਪੰਜਾਬ ਦੀ, ਪੰਜਾਬ ਦੇ ਵਿੱਚ ਲੋਕਾਂ ਨੇ ਵਿਸ਼ਵਾਸ ਜਤਾਇਆ, ਯੂ ਨੋ ਵਟ ਆਈ ਐਮ ਟੈਲਿੰਗ ਟੂ ਯੂ ਦੈਟ ਰਿਲੇਟਸ ਟੂ ਪੰਜਾਬ ਵੋਟ ਪੋਲੀਟਿਕਸ, ਦੇ ਆਰ ਮੋਰ ਆਫਟਰ ਦ ਸੀਟਸ ਮੇਕਿੰਗ, ਅਫਕੋਰਸ ਦਿਸ ਪਾਰਟ ਇਜ਼ ਗੁੱਡ, ਬਟ ਯੂ ਨੋ ਯੂ ਹੈਵ ਟੂ ਗੋ ਔਨ ਸਰਟਨ ਐਥੀਕਲ ਬੇਸਿਸ ਆਫ ਪੋਲੀਟਿਕਸ। ਲੱਗਦਾ ਹੈ ਕਿ ਜਿੱਦਾਂ ਲੋਕਾਂ ਨੇ ਇਹਨਾਂ 'ਤੇ ਵਿਸ਼ਵਾਸ ਜਤਾ ਕੇ ਇਹਨਾਂ ਨੂੰ ਵਿਰੋਧੀ ਧਿਰ ਦਾ ਮੁੱਖ ਵਿਰੋਧੀ ਧਿਰ ਬਣਾਇਆ ਵਿਧਾਨ ਸਭਾ ਦੇ ਵਿੱਚ? ਪੰਜਾਬ ਆਈ ਡੋਂਟ ਰੀਡ ਇਟ ਬਿਕੋਜ਼ ਯੂ ਨੋ ਆਈ ਅੰਡਰਸਟੈਂਡ ਦੀ ਬੇਸਿਕਲੀ ਵਾਈ ਦਿਸ ਆਮ ਆਦਮੀ ਪਾਰਟੀ ਵਾਜ ਮੇਡ, ਇਟ ਇਜ਼ ਫੇਲਿੰਗ ਇਨ ਇਟਸ ਵਟ ਯੂ ਕਾਲ ਏਮਸ। ਜੋ ਬਣਾਈ ਜਿਹੜੇ ਮਨਸੂਬਿਆਂ ਨੂੰ ਲੈ ਕੇ ਜਿਹੜੀ ਬਣਾਈ ਗਈ ਸੀ ਪਾਰਟੀ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਭਟਕ ਗਈ ਆ, ਫੇਲ ਹੋਈ ਹੈ ਆਪਣੇ ਜਿਹੜੇ ਜੋ ਕਹਿ ਕੇ ਆਈ ਸੀ ਸੱਤਾ ਦੇ ਵਿੱਚ ਜੋ ਵਾਅਦੇ ਕੀਤੇ ਸੀ, ਚਾਹੇ ਉਹ ਦਿੱਲੀ ਦੇ ਵਿੱਚ ਹੋਵੇ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਕਿਤੇ ਨਾ ਕਿਤੇ ਪਾਰਟੀ ਉਹਨਾਂ ਤੋਂ ਪਰੇ ਹੋ ਗਈ ਹੈ। ਕੀ ਨਾਮ ਹੈ? ਬੀਆਰ ਖੁਰਾਨਾ। ਖੁਰਾਨ ਸਾਹਿਬ ਜੀ, ਇਹ ਪਾਰਟੀ ਜੋ ਕਿਹਾ ਸੀਗਾ, ਜਿੱਦਾਂ ਇਹਨਾਂ ਨੇ ਕਿਹਾ ਕਿ ਜੋ ਕਹਿ ਕੇ ਆਈ ਸੀਗੀ ਪਾਰਟੀ ਉਹ ਆਪਣੇ ਐਥਿਕਸ ਤੋਂ ਵੀ ਕਿਤੇ ਨਾ ਕਿਤੇ ਪਰੇ ਹੋ ਗਈ ਅਤੇ ਬਾਕੀ ਪਾਰਟੀਆਂ ਵਾਂਗੂ ਹੀ ਰਲ ਗਈ, ਉੱਦਾਂ ਦੀ ਹੋ ਗਈ ਬਾਕੀਆਂ ਪਾਰਟੀਆਂ ਨਾਲੋਂ ਵੀ, ਯਾਨੀ ਕਿ ਥੱਲੇ ਚਲੀ ਗਈ ਹੈ। ਯਾਨੀ ਇੱਕ ਤਾਂ ਕਹਿਣ ਦਾ ਮਤਲਬ ਹੈ ਕਿ ਜਿਹੜੇ ਕਨਵੀਨਰ ਹੈ ਕੇਜਰੀਵਾਲ ਸਾਹਿਬ, ਉਹਨਾਂ ਨੂੰ ਯਾਨੀ ਕਿ ਮੇਨ ਪੋਲੀਟੀਕਲ ਸੈਂਟਰਲ ਗੌਰਮੈਂਟ ਦੀ ਜਿਹੜੀ ਪਾਰਟੀ ਹੈ ਉਹਨੂੰ ਕ੍ਰਿਟੀਸਾਈਜ਼ ਕਰਨ ਦੇ ਸਵਾ ਕੰਮ ਹੀ ਕੋਈ ਨਹੀਂ, ਉਹਨੂੰ ਯਾਨੀ ਕਿ ਕੋਈ ਪੋਲੀਟਿਕਸ ਦੀ ਨੌਲੇਜ ਹੀ ਨਹੀਂ ਲੱਗਦੀ ਕਿ ਹੈਗੀ, ਉਸ ਤੋਂ ਜ਼ਿਆਦਾ ਮੇਰੇ ਖਿਆਲ ਸਾਨੂੰ ਹੀ ਹੋਏਗੀ, ਅਤੇ ਇਸ ਕਰਕੇ ਨਾ ਕੁਛ ਉਹ ਗੱਲ ਬਣਦੀ ਨਹੀਂ ਹੈ। ਬਾਕੀ ਉਹਨਾਂ ਨੂੰ ਉਹਨਾਂ ਦੀ ਐਸਪੀਰੇਸ਼ਨ ਬਣੀਆਂ ਸੀ ਕਿ ਸ਼ਾਇਦ ਮੈਂ ਦਿੱਲੀ ਦਾ ਚੀਫ ਮਿਨਿਸਟਰ ਬਣ ਗਿਆ, ਮੈਂ ਆਲ ਇੰਡੀਆ 'ਤੇ ਲੜ ਲਵਾਂ 40 ਸਟੇਟਾਂ, ਸ਼ਾਇਦ ਮੈਂ ਪ੍ਰਾਈਮ ਮਿਨਿਸਟਰ ਦੇ ਖਾਬ ਦੇਖਣੇ ਸ਼ੁਰੂ ਕਰਤੇ, ਵੇਅਰ ਐਸ ਕੇ ਇੰਨੀ ਜਲਦੀ ਨਹੀਂ ਹੋ ਸਕਦਾ। ਅਹੁਦਿਆਂ ਦੇ ਪਿੱਛੇ ਭੱਜਣ ਲੱਗ ਗਏ ਸਾਰੇ ਜਿਹੜੇ ਪਿੱਛੇ ਭੱਜਣ ਲੱਗ ਪਏ, ਹੁਣ ਕੀ ਲੱਗਦਾ ਪਾਰਟੀ ਦਾ ਭਵਿੱਖ ਕੀ ਹੈ? ਸਾਨੂੰ ਤਾਂ ਕੁਝ ਨਜ਼ਰ ਨਹੀਂ ਆ ਰਿਹਾ, ਕਿਉਂਕਿ ਦਿੱਲੀ ਦੇ ਲੋਕਾਂ ਨੇ ਬੜੀਆਂ ਉਮੀਦਾਂ ਰੱਖੀਆਂ ਸੀ ਕਿ ਜੋ ਅਸੀਂ ਤਾਂ ਨਿਊਜ਼ ਹੀ ਦੇਖ ਸਕਦੇ ਹਾਂ ਜਾਂ ਅਖਬਾਰਾਂ 'ਚ ਪੜ੍ਹ ਸਕਦੇ ਹਾਂ, ਉਸ ਹਿਸਾਬ ਨਾਲ ਤਾਂ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ।
दिल्ली के लोगों ने केजरीवाल तो उम्मीदा रखिया सी, उस तरह पंजाब के लोगों ने आम आदमी पार्टी तो सुखपाल खहरा होना तो भगवंत मान होना तो उम्मीदा रखिया सी, पर पार्टी के इन्ने समय के दौरान ही तीजा विरोधी धिर का नेता बदल दिता गया। पार्टी जी एक बैनर के हेठ कन्वेंशन करा रही है, वो 12 विधायक नहीं पहुँचते, 12 दिल्ली पहुँचे होंगे ने, 6 सिर्फ इतने पहुँचते हैं, तो की लगता है कि पार्टी आर पार हो रही है? बिल्कुल 100% पार्टी आर पार हो रही है, तो यह पार्टी मेरे ख्याल पंजाब की है इंडिया चो इस इलेक्शन से खत्म हो जाएगी। इहदा प्रिंसीपल कोई नहीं, असूल कोई नहीं, सिर्फ सेंटर नूं क्रिटिसाइज करना, सिर्फ सेंटर नूं क्रिटिसाइज करना असूल बनता है कि चंगी गल है तो उन्हें सपोर्ट करो, जो माड़ी आंदो उन्हें चैक मारो, पर इन्हों का एको ही असूल है, इस करके कोई प्रिंसीपल नहीं। केजरीवाल जी अज झूठ बोलते हैं, कल माफ़ी मांगते हैं, मतलब जिसे अपने लीडर का ही कोई असूल नहीं, कोई प्रिंसीपल नहीं, कोई डायरेक्टरी कोई स्टैंड नहीं है, वो पार्टी के को लोग की उम्मीद रखेंगे तो वह कर भी की सकता, कुछ नहीं कर सकता यार। ये तो एक लोगों ने चश्मा वो दिखाया थे, इन्होंने हवाई जहाज दिखाए थे, नेड़े तेड़े उसके नेड़े है भी कोई नहीं, कोई चीज़ ही नहीं है कि जिस करके लोग इसका विश्वास कर सकन। माफ़ी मंगण का एक सिलसिला ही चला दिता सी केजरीवाल ने, मजीठिया तो लैके दिल्ली के उन्होंने गडकरी तो लैके हर एक जिहड़ा नेता से उहदे माफ़ी मंगी, अरुण जेटली तो लैके हर एक लोग माफ़ी मंगी। सो की लगता है कि पहला तो जिहड़े खुद उन्होंने खिलाफ केस दर्ज करते मानहानि दे, क्या कि मैं लड़ाई लड़ांगा, तो फिर जिहड़ा है खुद ही चुप होकर बैठ गए? नहीं, वो पता की हैगा जी, गल ये है कि बेसिक सीगा कि लोगों को दसना कि आदमी गलत है, क्योंकि जिस वेले स्टेजा ते खड़ते ने बहुत बड़े बड़े वायदे करते हैं, बड़ी बड़ी उच्ची गल्लां करते हैं, जिहड़े कि कर नहीं सकते, केस होया उन्होंने उसकी गलती जी थी वो दसनी चाहिए भी तू गलत करी है, वो गलती मन गया, होर उस तो बाद कोई नहीं, पोलीटिकल है, होर काम भी करने होंगे ने पार्टियां ने, सिर्फ उन्होंने एहसास करवाना सी कि मैं जो करया सी गलत करया सी, उन्हें एहसास कर लिया, माफ़ी मांग ली, उस तो बाद कोई पसंद दुश्मनी तो है नहीं थी कि इन्हों फांसी टंगनी है या होर कुछ करना, ऐसी कोई गल नहीं थी, जिते दसना थी लोगों को दसना चाहता थी, जिस तरह के लोगों का विश्वास उठा कि आदमी किसी स्टैंड का नहीं है, किसी मतलब का नहीं है, कोई कर नहीं सकता, सिर्फ क्रिटिसाइज तो बगैर इन्हों कोई काम नहीं है, वो उन्होंने मतलब जोड़ा सगा लोगों को दसन वास्ते पूरा हो गया से, इस करके माफ़ी मंगी तो उन्होंने माफ़ करता। पार्टी का भविख जीरो, मेरा ख्याल अगले इलेक्शन से तो शायद इकदा रहे या ना रहे मैं कह नहीं सकता, मेरे ख्याल रहेगी नहीं, क्योंकि पंजाब तो चार लै गया से एम पी जे हूँ, पंजाब जो हालत हो रहा होर कहीं इन्होंने मिलनी नहीं, ये उड़ गई ने खत्म हो गई ने। विरोधियों वालों भी अक्सर यह कहा जाता है कि हाईकमान जी दिल्ली वाली है ਉਹੀ ਦਿੱਲੀ ਵੱਲੋਂ ਹੀ ਬੈਠ ਕੇ ਪੰਜਾਬ ਨੂੰ ਵੀ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕੀ ਸਮਝਦੇ ਹੋ? ਇੱਕ ਐਸਾ ਹੈ, ਹਰ ਪਾਰਟੀ ਕੇ ਅੰਦਰ ਹਾਈ ਕਮਾਂਡ ਹੋਤੀ ਹੈ, ਬਟ ਹਾਈ ਕਮਾਂਡ ਅਗਰ ਡੈਮੋਕ੍ਰੇਟਿਕ ਸਿਸਟਮ ਮੇਂ ਕਾਮ ਕਰੇ ਸਭ ਕੋ ਅੱਛਾ ਲਗਤਾ ਹੈ। ਵੋ ਤੋ ਪਹਿਲੇ ਦਿਨ ਸੇ ਕਰਪਸ਼ਨ ਇਸ਼ੂ ਪਰ ਅੰਨਾ ਹਜ਼ਾਰੇ ਕੇ ਸਾਥ ਜੁੜ ਕੇ ਆਇਆ, ਉਸਕੇ ਬਾਅਦ ਅੰਨਾ ਕੋ ਛੋੜ ਦਿਆ ਸਭ ਸੇ ਪਹਿਲੇ, ਔਰ ਜੋ ਮੁੱਦਾ ਲੋਕਪਾਲ ਕਾ ਉਠਾਇਆ ਵੋ ਛੋੜ ਦਿਆ, ਜੋ ਕੁਛ ਵੀ ਵੋ ਸਭ ਬਾਤੇ ਲੈ ਕੇ ਆਇਆ ਉਸਨੇ ਸਭ ਛੋੜ ਦੀ, यहाँ तक कि अपनी पार्टी के अंदर करप्शन के चार्ज लग गए, मिनिस्टर्स के उनके ऊपर करप्शन के चार्ज लग गए, उनके ऊपर इतनी जिसे कहते हैं ना जो मॉरल जिस हाई ग्राउंड पे वो आए थे वो सब के सब उनके पैर के नीचे से खिसक गए, अब वो केस चल रहे हैं उनके ऊपर। अब वो पार्टी जो ये कह के आई थी मैं मोहल्ला क्लिनिक चलाऊँगी, मैं फलां करूँगी, कहीं भी दिल्ली में कुछ नहीं है, पंजाब में लड़ने के अलावा उनके पास कुछ नहीं है। कभी पहले मान निकल गया, फिर गुग्गी निकल गया, फिर ये अब खैरा साहब को बनाया, वो अलग होने को चले गए कगार पे, तो वो 7-8 आदमी फिर अलग हो गए, तो ये भी अगर उनके आदमी नहीं पूरे पहुँचे, नहीं तो अब पूरे पहुँच गए होते तो 12-12 हो गए होते, डिवीजन हो गई होती। सो ये तो क्लियर दिख रहा है कि वो राजनीति में हर जगह फेल हो रहे हैं, पब्लिक को जो एश्योरेंस दे के आए थे वो कहीं वो टिकते नहीं हैं, और मुझे नहीं लगता कि इनका कोई भविष्य है इन फ्यूचर, चाहे वो आज कम्युनिस्टों के साथ जुड़ जाएं, कल को कांग्रेस के साथ जुड़ जाएं, या वो कल को ममता के साथ जुड़ जाएं, किसी के साथ इनका भविष्य नहीं है। तो जिस तरह की नीतियां इन्हां दियां, हाल जो बन गया इन्हां दा, उस तो बाद लग रहा है कि कितने भी जान हालात ही रहेंगे, भविष्य नहीं है। हाँ जी बिल्कुल, इनका भविष्य नहीं। की नाम है? गुरचरण सिंह है जी। गुरचरण सिंह जी, आम आदमी पार्टी के मौजूदा हालातों तो बखूबी वाकफ हो गए, की कहना चाहोगे सारे इस पूरे सुनैरियो लैके? मैं तो यही कह सकता, दे हैव गोन नाउ, दे हैव लॉस्ट ऑल अपॉर्चुनिटीज़ विच द पीपल हैव गिवन टू दैम, इवन फॉरन मीडिया, फॉरन पीपल, कनेडा, ऑल कंट्रीज, दे हैव हेल्प दैम लॉट, बट नाउ ड्यू टू देयर ओन फॉल्ट दे आर नाउ शैटर्ड। सही गल कही है कि पार्टी नू बहुत सपोर्ट मिलिया एनालाइज दिन ने गल की, तो एक अजही कली पार्टी मैनू लगता है कि जिन्होंने सब तो वध सपोर्ट जी है वो प्रवासी पंजाबियों की मिली है, तो अजे तक भी मिल रही है। जी यस यस। लगता है कि गलतियां सी इन्हां दियां जिहदे करके एक खुद खत्म हो गया? बट आई फील इट एडामेंट नेचर ऑफ केजरीवाल, नथिंग मोर, एटीट्यूड ऑफ हिज इज वेरी एडामेंट टाइप।
सुखपाल खहरा वर्सिस केजरीवाल हो गया है किन्ना के जिहड़ा लगता है कि इधर छे विधायक इन्हां दे नाल खड़े ने की लगता है कि जो पार्टी हुण चाहे भी तो इकट्ठे हो सकते हैं। देखो पॉसीबिलिटी तो हरेक चीज़ की होंगी है ये चाहे पर मैनू नहीं लगता क्योंकि जो देखते ना आप केजरीवाल का एटीट्यूड वो समझौता करन दे हक च नहीं है। आई हैव ऑलरेडी टॉक टू यू मिस्टर गांधी एंड एम पी हरिंदर सिंह खालसा दे वर इंटलैक्चुअल पीपल सो नाइस पीपल वंस दे हैव बिन रिमूव्ड द केस इज गॉन। जो मौजूदा हालात बने हुए ने हाईकमान जी चाहती है कि पंजाब की सियासत भी वो दिल्ली बैठ के कंट्रोल करे इम्पॉसिबल दे हैव टू गो टू ग्रास रूट्स दे हैव टू कम हीयर या दे हैव टू गिव दैम मोर एटोनोमी टू पंजाब यूनिट्स। शुक्रिया। की नाम है जी? अरविंदर सिंह। अरविंदर सिंह जी की लगता है आम आदमी पार्टी ने जो अज हालात बने ने उहदे लई कौन जिम्मेवार है? मेरे हिसाब नाल तां केजरीवाल ही है क्योंकि पंजाब बारे वो सोचते नहीं कुछ भी दिल्ली बारे सोचते और डिक्टेटर है वो इस करके जी लोग थोड़े जे उन्होंने विरुद्ध जा रहे हैं। हाँ जी की हालात बने हुए ने इधर सुखपाल सिंह खहरा जिहड़े ने तीजी पार्टी बनाउण दी भी कितने ना कितने ऐलान कर चुके ने 12 विधायक दिल्ली दे विच बैठे सीगे 7 विधायक सुखपाल खहरा नूं मिला के बठिंडा च खड़े सी की लगता है कि जिहड़ी पार्टी दावे करके आई सीगी कि असीं आम लोगों की पार्टियां अजो अपणियां दे भी नहीं रहे? ये बिल्कुल सही है भी अपणियां दे भी नहीं रहे क्योंकि वो अड अड हो गए सारे 12 उधर चल के 6 इधर रह गए क्योंकि सुखपाल खहरा जी ने काफ़ी अपोजिशन का रोल बहुत वधिया ढंग निभाया पर कुछ जिहड़े लीडर है उन्होंने रास नहीं आया है वो मिली भुगत कही जाते इस करके ये हुण इन्हां दा आपस में रलना काफ़ी मुश्किल है जी। सुखपाल खहरा ने बड़े बखूबी ढंग अपना जिहड़ा निभाया इन्ने समय दे विच तीजा विरोधी धिर दा नेता पार्टी ने थाप दिता है अपनी ही पार्टी जिहड़े बंदे आ जिहड़े पार्टी दे विच भगवंत मान होण धर्मवीर गांधी होण ये अपने ही जिहड़े पार्टी दे बंदे कह रहे कि जदों भी कोई आवाज़ बुलंद करन दी कोशिश करदा उहदी दबा दित्ती जांदी आवाज़। बिल्कुल सही है जी जदों भी कोई बोलदा पंजाब दा बंदा उन्होंने दवाया ही जाता नुकरे लाया जाता उन्होंने जिमें सारिया मिसाल साढ़े को है गांधी जी है दूजे खालसा जी है घुग्गी जी ने पहला किया इदा ही ये उपरों डिक्टेटरी चलती जी एकदम थोपने वाली गल है पंजाब बारे तो सोचते कोई नहीं दिल्ली वाले पंजाब का एक अखर भविख आम आदमी पार्टी का है तो खतरे वाला ही है पर जे इकट्ठे हो जाने जॉइंट हो जाए सारे ही फिर वधिया भी हो सकता जी। सो पंजाब तो लैके दिल्ली तक की सियासत जी आम आदमी पार्टी की पखी हुई है आम लोग जोड़े ने तकरीबन सब ने यही किया है कि मुश्किल लगता है पार्टी जड़ा है वह दोबारा इकट्ठी होगी की लगता है कि पार्टी के जो हालात बने हुए हैं दिल्ली हाईकमान जी है पंजाब को कंट्रोल करने की कोशिश कर रही है पंजाब जड़ा है वह खिंडता जा रहा है की लगता है आने वाले समय के पार्टी मजबूती के नाल उभरेगी या फिर झाड़ू तीला तीला होगा? जो तुम अपने विचार दसे ने वो वैसे हालात के मुताबिक तो उही नज़र आ रहे हैं पर क्योंकि हर एक पार्टी ने अपना देखना भी है बड़ी मुश्किल दे नाल ये पार्टी आई है जे इनू ये खेरू खेरू कर लेंगे तो बहुत मुश्किल हो जाएगा इस करके इन्हां च सियाने बंदे भी हैगे ने हाईकमांड तो कुछ ना कुछ करता ही हुंदा जो उन्होंने करना है सो नैक्सट इन्हां दी मीटिंग हो रही है उहदे विच ये आपस च समझौता करन दी ही कोशिश करनगे ताकि असी पंजाब च तां कम सारे ते फर्क पैंदा पंजाब च घट्टो घट असी आए हाँ जिन्ना कु भी है उस तो वध चढ़ के होर वधा के आईए सो और काम करके दिखाईए कुछ। मीटिंग दे विच सुखपाल खहरा दी ते केजरीवाल दी जिहड़ी आपसी दूरी आई हुई है वो एक दूजे नूं ट्विटर वॉर छिड़ी हुई है वो एक दूजे दे उपर जिहड़ा इल्जाम तराशियां दा दौर कीता शुरू वो घट पावेगा या फिर वो मिठास जिहड़ी आ खटास दे विच जिहड़ी बदल पावेगी? नहीं कोशिश इन्हां दी इही होवेगी कि मिठास ही रखिए क्योंकि उहदा नुकसान बहुत है आफ्टरऑल केजरीवाल भी IRS अफसर है कुछ सियाणा है बंदा ठीक है उहनूं वैसे पंगे लैण दी आदत है मोदी साहब नाल भी उह पंगे ही लैंदा रहा होर कोई गल नहीं हर गल दे उत्ते तुसीं किसी नूं कंडैम कर देना और प्राइम मिनिस्टर नाल तुसीं कंडैम कर रहे हो कादे वास्ते ठीक है तुहाडी पार्टी एक वारी आई लोकां ने तुहानूं बहुमत दित्ता दिल्ली विच ते उह हो गई उस तों बाद तुसीं अपनी पोजीशन देख ली है इस करके इहनां हित विच इही होवेगा कि इह आपस इकट्ठे हो जा। हाईकमांड तो जी हर पार्टी की होंगी है पर यह वाली हाईकमांड जी कुछ ज़्यादा इंटरफेरेंस नहीं कर रही? नहीं कोई ऐसी गल नहीं इंटरफेरेंस नहीं कर रही एक कोई आपसी मिसअंडरसटैंडिंग ही है ये मिसअंडरसटैंडिंग के नाल ही सारा कुछ हो रहा है इंटरफेरेंस यहोजी कोई गल नहीं
देखो जी होपफुली कोशिश तो यही करे वह बई सॉल्व हो जाए मैटर, जे सॉल्व हो जाएगा तो फर्दर खड़े रहेंगे, खड़े होने के काबिल हो जाएंगे, जे नहीं सॉल्व होएगा तो नैचुरली फिर जो तुसी पहला शब्द बोले ने उन्हें लागू होने उन्होंने। बिल्कुल जी, उम्मीद जी है कितने कितने जरूर है कुछ लोगों को, पंजाब के लोगों क्योंकि हालात जो बने हुए ने बहुत सारे लोगों ने जिते कहा कि पार्टी खुद अपने आप को पतन वाल जिहड़ा उन्हें तोरिया होया है, अपने खत्म होने का कारण खुद बन गई। उत्थे कुछ लोगों को उम्मीद भी बाकी है कि जेकर पार्टी समझदारी दे नाल काम लवे, जिहड़े समझदार लीडर ने जेकर उन्हां दी हाईकमान सुनदी है तो थोड़ा जिहा समझौता जिहड़ा है दोनों धिर आपस दे विच करदियां ने पंजाब ते दिल्ली बैठ के, सो कितना कितने चांसिस जिहड़े हैगे आ कि पार्टी दोबारा जिहड़ी आ उमड़ खड़ी हो सकदी है। सो फिलहाल देखने वाली गल ये होगी कि पार्टी जिहड़ी है वो इकट्ठी हुंदी है सुखपाल खहरा ते केजरीवाल मनीष सिसोदिया दे विच जिहड़ियां आपसी दूरियां आ गईयां ने वो खत्म हुंदियां ने, पार्टी दा झाड़ू जिहड़ा है वो इकट्ठा हुंदा है या फिर तीला तीला हुंदा है, ये फिलहाल देखने वाली गल होगी। अज ते पंजाब बोलदा दे विच इन्ना ही, कल फिर हाजिर होवांगे किसी नवें विषय दे उपर गलबात करांगे। फिलहाल मैनू यानी अमृत विरदी नूं दिओ इजाजत, सति श्री अकाल।